जियो कोला जियो दा गल्ल असें इक ना ਉਹ ਤਾਂ ਚਲੋ ਹੈ ਜੀ ਉਹਦਾ ਇਹ ਮੋਟਾ ਜਿਹਾ ਕੰਮ ਹੈ ਤੁਸੀਂ 300 ਦਾ ਨਹੀਂ ਪਵਾ ਲਿਆ 3 ਮਹੀਨੇ ਲਈ ਮੁੜ ਕੇ ਨਹੀਂ ਆਉਂਦਾ ਕਸਟਮਰ ਸਾਡੇ ਕੋਲ ਨਾਲੇ ਉਹੀ ਗੱਲ ਉੱਥੇ ਆ ਗਈ ਇਹ ਬੰਦਾ 10 10 ਰੁਪਏ ਵਾਸਤੇ ਤੱਕ ਲੈ ਜਾਂਦਾ ਬੰਦੇ ਬਿਲਕੁਲ ਉਹ ਇਧਰ ਕੰਮ ਛੱਡਦਾ ਬੰਦਾ ਬਿਲਕੁਲ ਤੇ ਫਿਰ ਹੋਰ ਵੀ ਚੱਕਰ ਵੀ ਹੈ ਉਹ 'ਚ ਕਮਿਸ਼ਨ ਦਾ ਵੀ ਚੱਕਰ ਹੈ ਜੀਓ ਵਾਲੇ ਦਿੰਦੇ ਨੇ 6% ਠੀਕ ਹੈ ਜੀ ਉਹਨਾਂ ਦੇ 2.5% ਜੀਓ ਵਾਲਾ ਤੁਸੀਂ ਜੇ 1 ਲੱਖ ਦਾ ਵੀ ਕੰਮ ਕਰਦੇ ਹੋ ਉਹਦੇ 3-4 ਲੱਖ ਦੇ ਬਰਾਬਰ ਹੋ ਗਿਆ ਕੀ ਲੋੜ ਹੈ ਚੱਕਰ 'ਚ ਪੈਣ ਦੀ ਨਾਲੇ ਇਹਨਾਂ ਦੇ ਮੋਟੇ ਵਿਚਾਰ ਨੇ 399 499 ਇਹ ਤਾਂ ਹੁੱਲੇ ਹੈ ਨਹੀਂ ਉਹਨਾਂ ਦਾ ਇਹ ਹੈ ਬਿਲਕੁਲ ਬਿਲਕੁਲ ਮੈਂ ਤਾਂ ਇਹੀ ਦੇਖਿਆ ਸ਼ੁਰੂ ਤੋਂ ਕੰਮ ਕਰੋ ਆਪਾਂ ਨੂੰ ਸਰਕਾਰ 8% ਦਾ ਕਹਿੰਦੇ ਤੁਹਾਨੂੰ ਬਚਦਾ ਆਪਾਂ 8% ਦੇ ਹਿਸਾਬ ਨਾਲ ਵੀ ਚੱਲਦੇ ਜਦੋਂ ਆਪਾਂ ਇਨਕਮ ਟੈਕਸ ਭਰਦੇ ਉੱਥੇ ਉਹ ਆਉਂਦਾ ਵੀ ਇੰਨੇ ਤੁਸੀਂ ਕੰਮ ਕਰਿਆ ਤਾਂ 8% ਦਾ ਇੰਨਾ ਬਣਦਾ ਹੀ ਬਣਦਾ ਜੀ ਟਰਨ ਓਵਰ ਕੰਪਨੀਆਂ ਦਿੰਦੀਆਂ 2% ਵੀ ਫਿਰ ਵਿੱਚ ਗਲਤ ਪੈ ਗਿਆ ਫਿਰ ਲੱਫੜ